ਛੋਟੀ ਫੌਜ ਪੁੱਤ, ਛੋਟੀਆਂ ਫੌਜਾਂ ਆਪਣੀਆਂ ਭੇਜੋ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਗੁਰਮੀਤ ਕੌਰ, ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਐਤਵਾਰ 'ਤੇ, ਐਤਵਾਰ ਦਾ ਜਿਹੜਾ ਟਾਈਮ ਹੈ ਹੁਣ 7:30 ਹੋ ਗਏ ਨੇ। ਠੰਡ ਹੈ ਜਿਹੜੀ ਬਹੁਤ ਜ਼ਿਆਦਾ ਗੀ, ਚਾਹ ਦੇ ਨਾਲ ਪਕੌੜੇ ਜਲੇਬੀਆਂ ਖਾਧੇ ਜਾ ਰਹੇ ਨੇ ਗੇ। ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਵੀ ਆਪਣੇ ਘਰ ਵਿੱਚ ਸਹਿਜ ਪਾਠ ਪ੍ਰਕਾਸ਼ ਨੇ ਅਤੇ ਉਹਨਾਂ ਦੇ ਭੋਗ ਪੈਣੇ ਨੇ ਅੱਜ ਸੰਡੇ ਨੂੰ। ਜਿਹੜੇ ਭੋਗ ਨੇ ਉਹ 10:30 ਵਜੇ ਪੈਣਗੇ ਜੀ। ਅਰਦਾਸ ਦਾ ਟਾਈਮ ਆ ਜਿਹੜਾ ਬਾਬਾ ਜੀ ਨੇ 10:30 ਵਜੇ ਦਾ ਦਿੱਤਾ ਹੋਇਆ। ਉਸ ਤੋਂ ਪਹਿਲਾਂ ਇਹ ਤਿਆਰੀ ਹੋ ਰਹੀ ਹੈਗੀ। ਹੁਣ ਰਿਸ਼ਤੇਦਾਰ ਕੁਛ ਰਾਤ ਆ ਗਏ ਸੀ, ਜਾਣੀ ਕਿ ਸ਼ਨੀਵਾਰ ਨੂੰ। ਪਹਿਲਾਂ ਵਾਲੇ ਬਲੌਗ 'ਚ ਜਿਹੜਾ ਤੁਸੀਂ ਸੈਕਿੰਡ ਬਲੌਗ ਆ ਉਹ 'ਚ ਤੁਸੀਂ ਦੇਖ ਚੁੱਕੇ ਹੋਗੇ। ਇਹ ਪਾਰਟ 3rd ਹੈਗਾ ਜੀ। ਅੱਗੇ ਫਿਰ 4th, 5th, 5th ਇਸ ਤਰ੍ਹਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ। ਤੁਸੀਂ ਵੀਡੀਓ ਨੂੰ ਇੰਜੋਏ ਕਰੋ ਜੀ। ਜੇ ਪਹਿਲੀ ਵਾਰ ਆਏ ਹੋ ਚੈਨਲ 'ਤੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਉ ਜੀ। ਅੱਜ ਆਪਾਂ ਤੁਹਾਨੂੰ ਭੋਗ ਦੀ ਹੈ ਜਿਹੜੀ ਵੀਡੀਓ ਦਿਖਾਵਾਂਗੇ। ਮੌਸਮ ਬਹੁਤ ਜ਼ਿਆਦਾ ਠੰਡਾ ਹੋ ਰੱਖਿਆ ਹੈਗਾ। ਕਈ ਸਬਸਕ੍ਰਾਈਬਰ ਦੇ ਵੀ ਮੈਸੇਜ ਆਏ ਸੀ ਕੁਛ ਇੰਸਟਾਗ੍ਰਾਮ 'ਤੇ ਅਤੇ ਕੁਛ ਯੂਟਿਊਬ ਦੇ ਉੱਪਰ ਹੀ ਉਹਨਾਂ ਨੇ ਕਮੈਂਟ ਕਰੇ ਸੀ ਵੀ ਜਿਹਦੇ ਅਸੀਂ ਭੋਗ 'ਤੇ ਪਹੁੰਚਾਂਗੇ। ਉਹਨਾਂ ਨੂੰ ਮੈਂ ਮੋਸਟ ਵੈਲਕਮ ਕਰਿਆ ਸੀ। ਦੇਖਦੇ ਹਾਂ ਜੀ ਕਿੰਨੇ ਕੁ ਆਪਣੇ ਸਬਸਕ੍ਰਾਈਬਰ ਨੇ ਜਿਹੜੇ ਵਿਊਵਰਸ ਨੇ ਆਉਣਗੇ। ਇਹ ਵਾਲੀ ਬੈਠੇ ਨੇ ਜੀ, ਨਾਨਕਾ ਫੈਮਿਲੀ, ਨਾਨਕਾ ਪਰਿਵਾਰ ਬੈਠਾ ਅੰਦਰ। ਠੰਡ ਬਹੁਤ ਜ਼ਿਆਦਾ, ਤਿਆਰ ਹੋ ਕੇ ਇਹ ਅੰਦਰ ਹੀ ਬੈਠ ਗਏ ਨੇ। ਦੋ ਮੇਰੇ ਭੂਆ ਜੀ ਨੇ, ਇੱਕ ਭੂਆ ਜੀ ਨੇ ਜਿਹੜੇ ਮਾਸਟਰ ਜੀ ਦੇ ਭੂਆ ਜੀ ਪਹਿਲਾਂ ਆਏ ਹੋਏ ਸੀ, ਤੁਸੀਂ ਕਈ ਵੀਡੀਓ ਵਿੱਚ ਵੇਖ ਚੁੱਕੇ ਹੋਗੇ। ਉਹ ਮੇਰੇ ਭੂਆ ਜੀ ਵੀ ਨੇ ਅਤੇ ਸਾਡੇ ਵਿਚੋਲੇ ਵੀ ਨੇ ਅਤੇ ਮੇਰੇ ਭੈਣ ਦੇ ਸਾਸੂ ਮਾਂ ਵੀ ਨੇ ਜਿਹੜੇ ਪਹਿਲਾਂ ਆਏ ਹੋਏ ਸੀ, ਆਪਣੇ ਨਾਲ ਮੰਜੇ ਬਣਾਉਂਦੇ ਸੀਗੇ। ਲਓ ਜੀ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋ ਕੇ ਅੰਦਰ ਸੱਜ ਚੁੱਕੀ ਹੈ ਜੀ। ਇੱਧਰ ਹੋਰ ਤਿਆਰੀਆਂ ਚੱਲ ਰਹੀਆਂ ਨੇ। ਮਾਸਟਰ ਜੀ ਨੇ ਅੱਜ ਦਸਤਾਰ ਬੰਨ੍ਹੀ ਹੋਈ ਹੈ। ਇੱਧਰ ਭਰਾ ਅਤੇ ਭਾਬੀ ਜਾ ਰਹੇ ਨੇ ਮੇਰੇ। ਇਹ ਮੇਰੀ ਦਰਾਣੀ ਨੂੰ ਸੱਦਾ ਪੱਤਰ ਦੇਣ ਜਾ ਰਹੇ ਨੇ, ਇਹਨਾਂ ਨੇ ਵੀ ਅਖੰਡ ਪਾਠ ਸਾਹਿਬ ਰਖਾਉਣਾ ਹੈਗਾ। ਇੱਧਰ ਮੇਰਾ ਬੇਟਾ ਜੀ ਰਿਪਨਦੀਪ ਸਿੰਘ ਦਸਤਾਰ ਸਜਾ ਰਿਹਾ, ਅੱਜ ਇਹਨੇ ਵੀ ਦਸਤਾਰ ਬੰਨਣੀ ਹੈ। ਮੇਰਾ ਬਹੁਤ ਜ਼ਿਆਦਾ ਮਨ ਸੀ ਵੀ ਮਾਸਟਰ ਜੀ ਅਤੇ ਰਿਪਨ ਜਿਸ ਦਿਨ ਪਾਠ ਦਾ ਭੋਗ ਪਵੇ ਦਸਤਾਰ ਬੰਨਣ। ਭਾਈ ਜਗਜੀਤ ਸਿੰਘ ਸਾਨਕ ਲਾਭ ਸਿੰਘ ਕਥਾ ਸੁਣ ਪਰਿਵਾਰ ਵੱਲੋਂ ਗ੍ਰਹਿ ਵਿਖੇ ਧੁਰਕੀ ਬਾਣੀ ਆਈ ਨਾ ਸਗਲੀ ਜਿੰਦ ਮਿਟਾਈ ਦਾ ਸ੍ਰੀ ਸਾਹਿਬ ਪਾਠ ਆਰੰਭ ਕੇ ਪਹਿਲਾਂ ਸੇਵਾਦਾਰ ਵੀਰਾਂ ਨੂੰ ਕਿ ਭਾਈ ਮੂਹਰੇ ਵਿਸਾਈ ਕਰ ਦਿਓ ਜਾਂ ਜੁੜਦੀਆਂ ਕਹ ਨਾਨਕ ਬਿਨਾਰ ਭਜਨਾ ਜੀਵਨ ਗੌਨੇ ਕਾਮ ਪ੍ਰਾਣੀ ਰਾਮ ਨ ਚੇਤਈ ਮਦਮਾਇਆ ਕਯੰਤ ਕਹ ਨਾਨਕ ਭਜਨਾ ਮੇਰਾ ਪਰ ਪਾਏ ਜਾਂ ਬੰਦ ਸੁਖ ਮੈਂ ਬਹੁ ਸੰਗੀ ਪਏ ਸੁਖ ਮੈਂ ਸੰਗ ਨਾ ਕੋਈ ਗਉ ਨਾਨਕ ਅਰਪਜ ਮਨਾਇਆ ਕੋਈ ਹੋਈ ਜਨਮ ਜਨਮ ਭਰਮਤ ਫਰਿਓ ਮਿਟਰ ਜਨ ਤੋਂ ਦਰਾਸ
ਪਾਉ ਨਾਨਕ ਹਰਿ ਭਜ ਮਨਾ ਕਿਰਪਾ ਪਾਵੈ ਵਾਸੁ ਜਗਨਮੋ ਰਾਖ ਦੇਵ ਭਗਵਾਨ ਭਾਰਤ ਵਾਜ ਮਰ ਗਰਦ ਪਾਲਾ ਤੀਨੋ ਵਾਸਾ ਜਾਨ ਪਾਉ ਨਾਨਕ ਹਰਿ ਭਜ ਨਵੇ ਨਮਿਤਾ ਸਭੀ ਨਾਮ ਕਰਣਾ ਹੋ ਸੋਨਾ ਕੀਓ ਮਰੋ ਲੋਭ ਕਰ ਬੰਦ ਨਾਨ ਸਮੇ ਰਮ ਗਏ ਅੰਗੋ ਰੋਮ ਤੇ ਅੰਦ ਮਨ ਮਾਇਆ ਮੈ ਰਮ ਰਹੀਓ ਨਿਕਸ਼ਤ ਨਾਇ ਨੀਕ ਨਾਨ ਸਮੂਰਜ ਕਰ ਜਾਨ ਕਉ ਨਾਨ ਸੁਨ ਰੇ ਮਨਾ ਹਰ ਭਾਵੈ ਸੋ ਹੋਈ ਜਗ ਜਗ ਗਾਰੀ ਵਰਤ ਹੋਇ ਤਮ ਤੋ ਦਾਤਾ ਰਾਮ ਕਉ ਨਾਨਕ ਮਨ ਸਿਮਰਤੇ ਪੂਰਨ ਹੋਵੈ ਕਾਮ ਝੂਠੈ ਮਨ ਕਾ ਕਰੈ ਜੋ ਸੁਖਨੇ ਜੋ ਜਾਨ ਇਨ ਮੈਂ ਕਸ ਤੇਰੋ ਨਾਹੀ ਨਾਨਕ ਕਉ ਵਖਾਨ ਗਰਭ ਕਰਤਾ ਦੇਕ ਸਨ ਮੈਂ ਬੀਤਾ ਮਾਨ ਏਕ ਭਗਤ ਭਗਵਾਨ ਜੈ ਪ੍ਰਾਨੀ ਕੈ ਨਾਹੀ ਮਨ ਜੈਸੇ ਤੂੰ ਕਿਰਪਾਨ ਨਾਨਕ ਮਾਨੋ ਤਾਨੀ ਕਰਨ ਸਵਾਮੀ ਕੋ ਬ੍ਰਜ ਸਦਾ ਸੁਨਿਤ ਕਦੂ ਰਹਿਓ ਗੁਰ ਗੋਬਿੰਦ ਤੇਰਾ ਕੀਤਾ ਜਤ ਨਹੀਂ ਮੈਨੂੰ ਜੋਗੀ ਤੋਈ ਮੈਂ ਨਿਰਗੁਣਿਆ ਵਿਪੁਲ ਕਰਨਾਈ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮ ਤਾਪ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮੈਂ ਰਾਮਤ ਹੋਏ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਇਕੋ ਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਇਕੋ ਸੰਪੰਚ ਵਰੰਗਨ ਸੰਗੋ ਲਭ ਅਠੋ ਨੰਦਨ ਪ੍ਰਥਮ ਰਾਗ ਭੈਰਵੈ ਕਰਹੇ ਪੰਚ ਰਾਗਨੀ ਸੰਗ ਉਚਰਿਹੇ ਪ੍ਰਥਮ ਭੈਰਵੀ ਬਿਲਾਵਨੀ ਪੁਨਿਆ ਕਿਉਂ ਗਾਵੈ ਮੰਗਨੀ ਪੁਨ ਅਸਲੇਖੀ ਕੀ ਬਿਵਾਰੀ ਭੈਰੋ ਕੀ ਪੰਚੋ ਨਾਰੀ ਪੰਚਮ ਹਰਿ ਕਿਤ ਸਾਧ ਸੁਣਾਵਹਿ ਮੰਗਾਲ ਮਤ ਮਾਧੋ ਗਾਵਹਿ ਲਲਿਤ ਬਲਾਵ ਲਗਾਵਹਿ ਆਪਣੀ ਆਪਣੀ ਮਾਧੋ ਅਸ਼ਟਪੁੱਤਰ ਭੈਰਵ ਕੀ ਗਾਵੈ ਗਾਇਨ ਬਾਤਿ ਦੁਗਿਆ ਮਾਲ ਮੋਹਾ ਮੁਲਾ ਪਾ ਗੰਗਲਾਮੀ ਬੰਦੂ ਖਾਪਾ ਗੰਗਤਰੀ ਅਦੇਵ ਗੰਗਾਰੀ ਗੰਗਾਰੀ ਸਿਉਤੀ ਉਚਾਰੀ ਤਨਾਸਰੇ ਪੰਚੋ ਗਾਈ ਮਾਲ ਰੰਗ ਪੁਸਤਕ ਲਾਈ ਮਾਲ ਮਸਤਨ ਮੈਂ ਬਾਰਾ ਕਰੋਲ ਜੰਡ ਕੌਰ ਸੁਭਾਰਾ ਤਰਨ ਮੋਹਨ ਗਾਈ ਅੱਠ ਮਾਲ ਕੋ ਸਤਨ ਗਾਈ ਬਨਿਆਲ ਪਿੰਡ ਹੋ ਗਿਆ ਪੰਚ ਨਾਲ ਸਕਾਂ ਚੁਰਦਾ ਅੱਠਾ ਨਾਲ ਮਿਲੋਲਾ ਗਾਇਨ ਦਾਲੀ ਅਕਾਲ ਮੂਰਤ ਜੁਨੀ ਸਭੰਗਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੇ ਭੀ ਸੱਚ ਸੋਚ ਸੋਚ ਨ ਹੋਵਈ ਜੇ ਸੋਚੀ ਲਾਤੁ ਬਾਰ ਚੱਪੈ ਚੁੱਪ ਨ ਹੋਵਈ ਜੇ ਲਾਇ ਰਾਜ ਅਵਤਾਰ ਭੁਖਿਆ ਭੁਖ ਨ ਉਤਰੇ ਜੇ ਬੰਨਾ ਪੁਰੀਆ ਪਾਰ ਸੈਸਾਨ ਪਲਕ ਹੋਈ ਸਕਨ ਚੱਲੈ ਨਾਲ ਗੁਰ ਜਿਆ ਰਹੋਇਆ ਗੁਰ ਮੁੰਡਾ ਸਤ ਪਾਲ ਭਾਈ ਦਰਬਾਰ ਸਾਹਿਬ ਪਹੁੰਚੇ ਨੇ ਕਿਰਪਾਲਤਾ ਕਰੋ ਕੀਰਤਨ ਦੀ ਆਰੰਭਤਾ ਹੋਣ ਲੱਗੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼੍ਰੀ ਵਾਹਿਗੁਰੂ
ਵਾਹਿਗੁਰੂ ਸਾਹਿਬ ਜੀ। ਸਤਿਕਾਰ ਦੇ ਨਾਲ ਬੈਠੇ ਇਹ ਖੁਸ਼ੀਆਂ ਦੇ ਵਿੱਚ ਹਿੱਸਾ ਲੈ ਰਹੇ ਹਾਂ ਤੇ ਅੱਜ ਸਾਨੂੰ ਜ਼ਰੂਰ ਜੇ ਤੁਸੀਂ ਧੰਨਵਾਦ ਕਰਨ ਦੇ ਲਈ ਪਰਿਵਾਰ ਨੇ ਸਤਿਗੁਰੂ ਜੀ ਦਾ ਧੰਨਵਾਦ ਕਰਨ ਦੇ ਲਈ ਪਾਵਨ ਸਰੂਪ ਘਰੇ ਲੈ ਕੇ ਆਉਂਦੇ ਨੇ ਤੇ ਅਸੀਂ ਥੋੜ੍ਹਾ ਜਿਹਾ ਇਹ ਕੀਤੀ ਹੋਈ ਕੁਰਬਾਨੀ ਨੂੰ ਵੀ ਯਾਦ ਕਰ ਲਈਏ ਕਿ ਕਿਸ ਤਰੀਕੇ ਦੀ ਕੁਰਬਾਨੀ ਕੀਤੀ ਸਾਨੂੰ ਇਹ ਖੁਸ਼ੀਆਂ ਬਖਸ਼ਿਸ਼ ਕਰਨ ਦੇ ਨੇ ਜਿਵੇਂ ਅਸੀਂ ਅੱਜ ਰੌਣਕਾਂ ਦੇ ਵਿੱਚ ਬੈਠੇ ਹਾਂ ਨਾ ਕਦੇ ਦਿਨ ਸੀ ਸਤਿਗੁਰੂ ਫਿੱਟੋ ਜੈਸਾ ਖਚੂਆ ਉਜੰਗੜੂ ਸੀ ਕਾਠੀ ਪਾਏ ਰਸੂ ਲਗਾਮ ਰਸੂ ਰਕਾਬ ਜੂ ਜਿਹੜੇ ਸਿੱਖਾਂ ਦੇ ਥੱਲੇ ਕਦੇ ਸੋਹਣੇ ਤੋਂ ਸੋਹਣੇ ਨੁਕਰੇ ਘੋੜੇ ਹੁੰਦੇ ਸਨ ਤੇ ਉੱਤੇ ਚਮੜੇ ਦੀਆਂ ਸੋਹਣੀਆਂ ਤੋਂ ਸੋਹਣੀਆਂ ਕਾਠੀਆਂ ਪਾਈਆਂ ਹੁੰਦੀਆਂ ਸਨ ਹੁਣ 6 ਮਹੀਨੇ ਗੁਜ਼ਰ ਗਏ ਨੇ ਰੋਜ਼ਾਨਾ ਲੰਗਰ ਪਾਣੀ ਦਾ ਪ੍ਰਬੰਧ ਕਰਨ ਦੇ ਲਈ ਜੰਗ ਜੁੱਤਿਆਂ ਦੀਆਂ ਕਾਠੀਆਂ ਪਾਈਆਂ ਹੋਈਆਂ ਨੇ ਰਸੜੂ ਲਗਾਮ ਰਸੜੂ ਰਕਾਬ ਜੂ ਰੱਸੇ ਦੀਆਂ ਲਗਾਮਾਂ ਨੇ ਤੇ ਰੱਸੇ ਦੀਆਂ ਰਕਾਬਾਂ ਨੇ ਹੁਣ ਸੋਹਣੀਆਂ ਰਕਾਬਾਂ ਤੇ ਲਗਾਮਾਂ ਨਹੀਂ ਰਹੀਆਂ ਸਿੱਖਾਂ ਦੇ ਘੋੜਿਆਂ ਦੇ ਸੀਨੇ ਤੋਂ ਵੱਖਰੀ ਹੀ ਹੋਣ ਦਿੰਦੇ ਸਨ ਨਾਲ ਨਾਲ ਰੱਖਦੇ ਨੇ ਹਮੇਸ਼ਾ ਕਲੇਜੇ ਦੇ ਨਾਲ ਸ਼ਸਤਰ ਨੂੰ
ਟੁੱਟੋ ਜੇ ਸੱਚੇ ਗੁਰੂ ਵੀਰ ਨੂੰ ਮਿਆਨ ਜਾ ਕੋ ਗੱਠ ਸੱਠ ਗਾਤਰਾ ਬਣਾਇਆ ਸੁਧ ਸਾਧ ਗੁਰੂ ਗੰਢਾ ਦੇ ਦੇ ਕੇ ਗਾਤਰੇ ਨੂੰ ਕਹਿੰਦੇ ਹੋਏ ਨੇ ਪਰ ਆਪਣੇ ਸੀਨੇ ਦੇ ਨਾਲ ਨਾਲ ਸਜਾ ਕੇ ਰੱਖ ਰਹੇ ਗੱਠ ਸੱਠ ਗਾਤਰਾ ਬਣਾਇਆ ਸੁਧ ਸਾਧ ਗੁਰੂ ਪਾਟੋ ਜੇ ਸੱਚ ਇਸ ਤਰੀਕੇ ਦੀ ਸੋਚ ਨਹੀਂ ਆਉਣ ਦਿੱਤੀ ਸਤਿਗੁਰੂ ਦੇ ਭਾਣੇ ਦੇ ਅੰਦਰ ਹੁਕਮ ਦੇ ਅੰਦਰ ਸਤਿਗੁਰੂ ਵੀ ਸਾਡੇ ਨਾਲ ਹੀ ਹੈ ਦੁੱਖਾਂ ਦੇ ਚ ਪਰ ਉਹਨਾਂ ਨੇ ਆਪਣਾ ਜਿਹੜਾ ਕਦੇ ਢੇਰੀ ਢੰਗ ਨਹੀਂ ਦਿੱਤੀ ਸਤਿਗੁਰੂ ਦੇ ਹੁਕਮ ਦੇ ਅੰਦਰ ਨਾਮ ਕੇ ਅਕਾਲ ਗੁਰੂ ਸੋਪੇ ਸਭ ਤੋਂ ਵੱਡਾ ਪਰ ਉਪਕਾਰ ਕੀਤਾ ਇਸ ਮਹੀਨੇ ਵਿੱਚ ਮੈਂ ਪਹਿਲੇ ਬੇਨਤੀ ਕਰ ਚੁੱਕਿਆ ਕਿ ਰੋਮ ਰੋਮ ਦੇ ਨਾਲ ਵੀ ਉਹਨਾਂ ਦਾ ਧੰਨਵਾਦ ਕਰੀਏ ਫਿਰ ਵੀ ਅਸੀਂ ਉਹਨਾਂ ਦੇ ਜਿਹੜੇ ਨੇ ਕੀਤੇ ਹੋਏ ਪਰ ਉਪਕਾਰਾਂ ਦਾ 1% ਵੀ ਨਹੀਂ ਕਰ ਸਕਦੇ ਸੋ ਪਰਿਵਾਰ ਨੇ ਆਪਣੇ ਵੱਲੋਂ ਉਦੋਂ ਉਪਰਾਲਾ ਕੀਤਾ ਸਤਿਗੁਰੂ ਜੀ ਨੇ ਖੁਸ਼ੀ ਬਖਸ਼ਿਸ਼ ਕੀਤੀ ਤੇ ਸਤਿਗੁਰੂ ਜੀ ਦਾ ਧੰਨਵਾਦ ਕਰਨ ਦੇ ਲਈ ਪਾਵਨ ਪਵਿੱਤਰ ਬਾਣੀ ਦੇ ਜਾਪ ਕਰਵਾਏ ਨੇ ਤੇ ਘਰੇ ਲੰਗਰ ਚਲਾਏ ਨੇ ਸੰਗਤਾਂ ਦੇ ਲਈ ਸਤਿਗੁਰੂ ਖੁਸ਼ੀਆਂ ਬਖਸ਼ਣ ਸਤਿਗੁਰੂ ਨੇ ਬਖਸ਼ੀਆਂ ਨੇ ਸਾਨੂੰ ਆਪਣੇ ਚਾਰ ਦੇ ਕੇ ਤੇ ਸਾਡੇ ਹਜ਼ਾਰਾਂ ਦੇ ਸਿਰਾਂ ਦੇ ਉੱਤੇ ਮੇਰਾ ਭਰਿਆ ਹੱਥ ਰੱਖਿਆ ਲੱਖਾਂ ਕਰੋੜਾਂ ਦੇ ਸਿਰਾਂ 'ਤੇ ਮੇਰਾ ਭਰਿਆ ਹੱਥ ਰੱਖਿਆ ਇਸੇ ਤਰੀਕੇ ਦਾ ਹੱਥ ਸਤਿਗੁਰੂ ਜੀ ਸਾਡੇ ਉੱਤੇ ਬਣਾ ਕੇ ਰੱਖਣ ਪਰਿਵਾਰਾਂ ਨੂੰ ਚੜ੍ਹਦੀ ਕਲਾ ਹਰ ਮਦਾਨ ਫਤਿਹ ਬਖਸ਼ਣ ਜਿਤਨੀ ਵੀ ਸੰਗਤ ਭਾਈ ਬਹੁਤੀ ਸਤਾਰੇ ਵੀ ਸਰਦਾਰ ਜਗਜੀਤ ਸਿੰਘ ਜੀ ਸੁਪੁੱਤਰ ਸਰਦਾਰ ਲਾਭ ਸਿੰਘ ਜੀ ਦੇ ਗ੍ਰਹਿ ਵਿਖੇ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੀ ਹੈ ਸਾਰੀਆਂ ਸੰਗਤਾਂ ਨੂੰ ਸਮੁੱਚੇ ਪਰਿਵਾਰ ਵੱਲੋਂ ਜੀਓ ਆਇਆ ਰੱਖਿਆ ਜਾਂਦਾ ਧੰਨਵਾਦ ਕੀਤਾ ਜਾਂਦਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਚਾਹ ਪਾਣੀ ਲੰਗਰ ਪ੍ਰਸ਼ਾਦਾ ਭਾਈ ਜਿਸ ਤਰੀਕੇ ਦਾ ਚੱਲ ਰਿਹਾ ਲੰਗਰ ਦੇ ਵਿੱਚ ਆਪੋ ਆਪਣੀ ਚਲੋ ਜੀ ਵੀਡੀਓ ਜੋ ਜਿਹੜੀ ਹੈ ਬਹੁਤ ਜ਼ਿਆਦਾ ਲੰਬੀ ਹੋ ਗਈ ਹੈ ਮਿਲਦਾ ਤੁਹਾਨੂੰ ਫਿਰ ਆਪਾਂ ਨੈਕਸਟ ਪਾਰਟ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਸਭ ਦੇ ਕਾਰਜ ਸਵਾਰਨ ਜੀ ਫਿਰ ਅਗਲੇ ਪਾਰਟ ਦੇ ਨਾਲ ਮਿਲਦੇ ਹਾਂ ਸਤਿਗੁਰ ਆਪ ਸਵਾਰਿਆ